Kabir Bhagwan.
Oh.
कबीर कबर राम पहचाना ਕਾਸ਼ੀ ਵਿੱਚ ਰਿਹਾ
ਤੇ ਜਦੋਂ ਮਰਨ ਦਾ ਵੇਲਾ ਆਇਆ, ਮੁਕਤੀ ਦੀ ਲੋੜ ਸੀ, ਉਦੋਂ ਮੁਕਤੀ ਦਾ ਘਰ, ਮੁਕਤੀ ਦਾ ਟਿਕਾਣਾ ਛੱਡ ਕੇ ਮਗਰ ਆ ਗਿਆ। ਬਾਬਰਾ ਨਾ ਹੋਇਆ ਤੇ ਹੋਰ ਕੀ ਹੋਇਆ? ਫਿਰ ਉਹ ਕਹਿੰਦਾ ਸਾਰਾ ਜਨਮ ਸ਼ਿਵਪੁਰੀ ਵਿੱਚ ਗੁਆ ਦਿੱਤਾ। ਇਸ ਖਿਆਲੋਂ ਗੁਆ ਦਿੱਤਾ ਕਿ ਸ਼ਿਵਪੁਰੀ ਵਿੱਚ ਰਹਿਣ ਵਾਲਾ ਮੁਕਤ ਹੋ ਜਾਂਦਾ ਹੈ। ਮੈਂ ਮੁਕਤੀ ਸ਼ਿਵ ਤੇ ਨਿਰਭਰ ਕਰ ਦਿੱਤੀ। ਜੀਵਨ ਦਾ ਅੰਤ ਤੇ ਮੁਕਤੀ ਦਾ ਮਾਰਗ ਸ਼ਿਵਾ ਤੇ ਨਿਰਭਰ ਕਰ ਦਿੱਤਾ, ਉਹੋ ਹੀ ਮੈਨੂੰ ਮੁਕਤ ਕਰ ਸਕਦੇ। ਸਾਰਾ ਜਨਮ ਹੀ ਗੁਆ ਦਿੱਤਾ ਇਸ ਭੁਲੇਖੇ ਵਿੱਚ। ਅਜੀਬ ਗੱਲ ਹੈ, ਬਾਬਾ ਨਾਮਦੇਵ ਜੀ ਨੇ ਇੱਕ ਗੱਲ ਆਪਣੀ ਰਚਨਾ ਵਿੱਚ ਆਖ ਦਿੱਤੀ, ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ। ਉਹ ਕਹਿੰਦੇ ਨੇ ਸਾਰੇ ਦੇਵੀ ਦੇਵਤੇ ਆਪਣੇ ਆਪਣੇ ਢੰਗ ਦੀ ਅਸਵਾਰੀ ਤੇ ਰਹਿੰਦੇ ਨੇ, ਉਹਨਾਂ ਦੀਆਂ ਆਪਣੀਆਂ ਆਪਣੀਆਂ ਸ਼ਕਲਾਂ ਨੇ, ਪੈਰੋਂ ਭੂਤ ਸੀਤਲਾ ਧਾਰੇ। ਸੀਤਲਾ ਜਿਹੜੀ ਹੈ ਕਦੀ ਸੀ, ਮੈਂ ਇਸ ਕਰਾਂ ਇਹੋ ਦੁਖਾਂਤ ਹੈ ਕਿ ਸਾਡੇ ਕੋਲ ਪੜ੍ਹਨ ਦਾ ਹੁਣ ਤਾਂ ਸਾਧਨ ਨੇ ਭਰੇ, ਹੁਣ ਅਸੀਂ ਇਹ ਉਲਾਂਭਾ ਨਹੀਂ ਦੇ ਸਕਦੇ ਕਿ ਸਾਧਨ ਨਹੀਂ। ਗੱਲ ਚੱਲਦੀ ਸੀ ਸ਼ਿਵਜੀ ਦੀ ਪਤਨੀ ਪਾਰਵਤੀ ਦੇ ਬੜੇ ਪ੍ਰਚਲਿਤ 16 ਨਾਂ ਨੇ। ਜਿਹਨੇ ਤੁਹਾਨੂੰ ਦੇ ਸ਼ਿਵਾ ਪਰਮ ਹੋਏ ਇਹ ਹੈ ਦੇ ਰਾਹ ਪਾਇਆ ਨਾ, ਉਹਨੇ ਆਪਣੇ ਉਸ ਗ੍ਰੰਥ ਵਿੱਚ ਲਿਖ ਦਿੱਤਾ, ਬਕਾਇਦਾ ਨਾਂ ਲਿਖੇ ਨੇ ਉਹਨੇ, ਲਿਖ ਦਿੱਤੀ ਹੈ, ਪੜ੍ਹ ਸਕਦੇ ਹੋ। ਮੈਂ ਇਸ ਲਈ ਬਾਰ ਬਾਰ ਅਰਜ਼ ਕਰਨਾ ਕਿ ਬਜਾਏ ਸ਼ੰਕੇ ਕਰਨ ਦੇ ਤੇ ਮੇਰੇ ਕਿਸੇ ਕਹਿਣ ਤੇ ਆਪਣੇ ਮਨ ਅੰਦਰ ਪਰੇਸ਼ਾਨੀ ਲੈ ਕੇ ਜਾਣ ਲਈ ਪੜ੍ਹਨਾ ਸ਼ੁਰੂ ਕਰ ਦਿਓ।
ਉਸੇ ਗ੍ਰੰਥ ਵਿੱਚ ਬੜੇ ਨਾਲ ਨਾਲ ਪਾਰਵਤੀ ਦੇ ਨਾਮ ਦੀ ਲਿਸਟ ਹੈ। ਦੁਰਗਾ ਵੀ ਉਸੇ ਦਾ ਨਾਮ ਹੈ, ਪਾਰਵਤੀ ਵੀ ਉਸੇ ਦਾ ਨਾਮ ਹੈ, ਭਵਾਨੀ ਵੀ ਉਸੇ ਦਾ ਨਾਮ ਹੈ, ਸੀਤਲਾ ਵੀ ਉਸੇ ਦਾ ਨਾਮ ਹੈ। ਬਕਾਇਦਾ ਇੱਕੋ ਸ਼ੰਤ ਵਿੱਚ, ਇੱਕੋ ਹੀ ਪੈਰੇ ਵਿੱਚ ਇਹ ਸਾਰੇ ਨਾਮ ਉਸ ਗ੍ਰੰਥ ਵਿੱਚ ਲਿਖੇ ਹੋਏ ਨੇ। ਤੂੰ ਕੌਣ ਹੈ? ਸੀਤਲਾ ਹੈ, ਕਾਲਕਾ ਹੈ। ਬਾਬਾ ਨਾਮ ਦੇ ਵੇ ਗੱਲ ਕਹਿ ਰਹੇ ਨੇ। ਪ੍ਰਚਲਿਤ ਕਰ ਦਿੱਤੀ ਗਈ ਕਿ ਜਿਹੜਾ ਸ਼ਿਵਾਂ ਦੀ ਨਗਰੀ ਵਿੱਚ ਕਾਸ਼ੀ ਵਿੱਚ ਮਰੇਗਾ ਉਹ ਮੁਕਤ ਹੋ ਜਾਏਗਾ। ਬਾਬਾ ਕਬੀਰ ਕਹਿੰਦੇ ਮੈਂ ਸੋਚੀ ਪੈ ਗਈ, ਮੈਂ ਸਾਰਾ ਜੀਵਨ ਸ਼ਿਵਪੁਰੀ ਵਿੱਚ ਰਿਹਾ ਤੇ ਜੇ ਭਲਾ ਮੁਕਤ ਹੋ ਜਾਵਾਂ, ਮੈਨੂੰ ਵੀ ਸ਼ੰਕਾ ਰਹੇਗਾ ਤੇ ਲੋਕ ਵੀ ਸਮਝਣਗੇ ਕਬੀਰ ਇਸ ਲਈ ਮੁਕਤ ਹੋ ਗਿਆ ਕਿਉਂਕਿ ਸ਼ਿਵਪੁਰੀ ਵਿੱਚ ਰਿਹਾ। ਸ਼ਿਵਪੁਰੀ ਵਿੱਚ ਰਹਿਣ ਵਾਲੇ ਸਾਰੇ ਮੁਕਤ ਹੋ ਜਾਂਦੇ, ਕੈਸੇ ਵੀ ਹੋਣ। ਦੇਖੋ ਕੁਝ ਗੱਲਾਂ ਸਾਡੇ ਸਾਹਮਣੇ, ਅਸੀਂ ਉਹ ਵਿਚਾਰਨ ਲਈ ਇਕੱਠੇ ਹੁੰਦੇ। ਗੱਲ ਨੂੰ ਵਧਾਉਣ ਦੇ ਇੱਕ ਨਵੇਂ ਸੰਸਕਾਰ ਪੈਦਾ ਕਰਨ, ਜਿਹੜਾ ਅੰਮ੍ਰਿਤ ਛਕ ਲੈਣਾ ਉਹ ਜਿੰਨੇ ਮਰਜ਼ੀ ਗੁਨਾਹ ਕਰ ਲੈ, ਜਾਂ ਤਾਂ ਇਹ ਨਾ ਲਿਖਦੇ ਅੰਮ੍ਰਿਤ ਦਾ ਕੀ ਫਾਇਦਾ ਹੋਇਆ ਜੇ ਗੁਨਾਹਾਂ 'ਚ ਲੱਗਾ ਰਿਹਾ। ਉੱਥੇ ਉਹ ਲਿਖਦਾ ਅੰਮ੍ਰਿਤ ਛਕਣ ਵਾਲਾ ਜਿੰਨੇ ਮਰਜ਼ੀ ਗੁਨਾਹ ਕਰ ਲੈ, ਪਾਪ ਕਰ ਲੈ, ਇੱਕ ਹਜ਼ਾਰ ਵਰਾ ਗੁਰੂ ਉਹਨੂੰ ਨਰਕ ਵਿੱਚ ਨਹੀਂ ਜਾਣ ਦਿੰਦਾ। ਪੜ੍ਹਾ ਸਕਣਾ ਇੱਥੇ ਵੀ ਚਾਹੋ, ਸਮਾਪਤੀ ਤੋਂ ਬਾਅਦ ਪੜ੍ਹਾ ਸਕਣਾ। ਇੱਥੇ ਬਲ ਕੇ ਕੀ ਵਾਰ ਕਰਨਾ, ਇਹਨੂੰ ਅਸੀਂ ਸਟੱਡੀ ਦਾ ਕੇਂਦਰ ਬਣਾਇਆ ਹੈ। ਇੱਥੇ ਅਸੀਂ ਕੁਛ ਸਮਝ ਵਿਚਾਰ ਲੈ ਕੇ, ਜਿਹਨੂੰ ਕਿਸੇ ਗੱਲ 'ਤੇ ਵੀ ਦਾਸ ਦੀ ਉੱਤੇ ਕੋਈ ਸ਼ੰਕਾ ਹੋਵੇ
ਹੱਥ ਜੋੜ ਕੇ ਬੇਨਤੀ ਕਰਦਾ, ਬੇਸ਼ੱਕ ਸਨਿਚਰਵਾਰ ਬਾਹਰ ਜਾ ਬੈਠ ਕੇ ਕਰੋ, ਵਿਚਾਰ ਕਰ ਲਓ, ਪਰ ਸ਼ੰਕੇ ਨਾ ਲੈ ਕੇ ਜਾਓ। ਦਾਸ ਨੇ ਮਨ ਦਾ ਕਿਰਿਆ ਕੀਤਾ ਕਿ ਗੁਰਬਾਣੀ ਦੇ ਨਾਲ ਜੋੜਨਾ ਅਤੇ ਸ਼ੰਕੇ ਦੂਰ ਕਰਨਾ। ਬਾਬਾ ਕਬੀਰ ਇਹ ਗੱਲ ਕਹਿੰਦਾ, ਉਹ ਕਹਿੰਦਾ ਜੇ ਮੈਂ ਸਾਰੀ ਜ਼ਿੰਦਗੀ ਸ਼ੇਖਪੁਰੀ ਵਿੱਚ ਰਿਹਾ ਅਤੇ ਇੱਥੇ ਮੁਕਤ ਹੋ ਜਾਵਾਂ, ਦੂਜੇ ਪਾਸੇ ਸਾਡੇ ਕਹੇ ਹੋਏ ਲਫ਼ਜ਼ ਸਾਡੇ ਬੰਦਿਆਂ ਦੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖੇ। ਇਹਦਾ ਮਤਲਬ ਅੰਮ੍ਰਿਤ ਛਕਣ ਵਾਲਾ ਜਿਹੜਾ ਹੈ ਉਹ ਜਿੰਨੇ ਮਰਜ਼ੀ ਗੁਨਾਹ ਕਰ ਸਕਦਾ, ਹਜ਼ਾਰ ਸਾਲ ਤਾਂ ਫਿਕਰ ਹੀ ਨਹੀਂ। ਲਿਖ ਕੇ ਦਿੱਤਾ, ਲਿਖਤਾ ਮੌਜੂਦ। ਤੇ ਹੁਣ ਸ਼ਿਵ ਜੀ ਦੇ ਸੰਬੰਧ ਵਿੱਚ ਕਹੀ ਹੋਈ ਗੱਲ ਭਲਾ ਫਿਰ ਝੂਠੀ ਕਿਵੇਂ ਹੋ ਸਕਦੀ ਹੈ? ਪਰ ਧੰਨ ਹੈ ਬਾਬਾ ਕਬੀਰ ਜਿਹੜਾ ਨਿਰਣਾ ਨਹੀਂ ਕਰਦਾ। ਉਹ ਕਹਿੰਦਾ ਜੇ ਮੈਂ ਸ਼ਿਵਪੁਰੀ ਵਿੱਚ ਰਿਹਾ, ਸੋਚੀ ਪੈ ਗਿਆ ਤੇ ਮੁਕਤ ਹੋ ਗਿਆ, ਸ਼ਿਵਾ ਨੇ ਮੁਕਤ ਕਰਤਾ, ਮੈਂ ਵੀ ਸੋਚਾਂਗਾ ਸ਼ਿਵ ਨਗਰੀ ਵਿੱਚ ਰਹਿਣ ਕਰਕੇ ਮੁਕਤ ਹੋ ਗਿਆ, ਫਿਰ ਰੱਬ ਦੀ ਭਗਤੀ ਦਾ, ਪ੍ਰਭੂ ਦੀ ਭਗਤੀ ਦਾ ਕੀ ਫਾਇਦਾ ਹੋਇਆ? ਮੈਂ ਰੱਬ ਨਾਲ ਕੀ ਗੱਲਾਂ ਕਰ ਸਕਾਂਗਾ? ਤੂੰ ਮੈਨੂੰ ਕੀ ਦਿੱਤਾ? ਮੈਨੂੰ ਮੁਕਤੀ ਤਾਂ ਸ਼ਿਵ ਜੀ ਨੇ ਦਿੱਤੀ ਹੈ। ਮੇਰੇ ਮਨ ਅੰਦਰ ਖਿਆਲ ਆਇਆ ਕਿ ਹੇ ਪ੍ਰਭੂ, ਮੈਂ ਐਵੇਂ ਤੇਰੀ ਬੰਦਗੀ ਕਰਦਾ ਰਿਹਾ, ਤੂੰ ਮੈਨੂੰ ਕੀ ਦਿੱਤਾ? ਮੁਕਤੀ ਤਾਂ ਮੈਨੂੰ ਸ਼ਿਵ ਜੀ ਨੇ ਦਿੱਤੀ, ਤੂੰ ਤਾਂ ਦਿੱਤੀ ਨਹੀਂ। ਬਾਬਾ ਕਬੀਰ ਜੀ ਦਾ ਇੱਕ ਸ਼ਬਦ ਕਹਿੰਦੇ ਨੇ, ਦੂਰ ਕਰੇ ਉਹਨੂੰ ਲੋਕ ਕਹਿੰਦੇ ਨੇ ਪਾਗਲ, ਇਹਨੇ ਕੀ ਖੱਟਿਆ? ਸ਼ਿਵਪੁਰੀ ਦਾ ਮਾਲਕ ਮਨ ਵਿੱਚ ਭੜਕਦਾ ਹੋ ਜਾਏ, ਦੁਬਦਾ ਖੜੀ ਹੋ ਜਾਏ, ਕਹਿਣ ਲੱਗੀ ਬਹੁਤ ਜਨਮ ਤਪ ਕੀ ਆਕਾਸ਼ੀ,
ਨੂੰ ਮੈਂ ਫੈਸਲਾ ਕੀਤਾ ਮਰਨ ਭਇਆ ਮਗਹਰ ਕੀ ਬਸੀ। ਜਦੋਂ ਮਰਨ ਦਾ ਵੇਲਾ ਆਇਆ ਮੈਂ ਮਗਹਰ ਵਿੱਚ ਆ ਗਿਆ ਤਾਂ ਕਿ ਮੈਂ ਇੱਕ ਫੈਸਲਾ ਤੇ ਕਰਾਂ ਵੀ ਮੇਰੇ ਜੀਵਨ ਦਾ ਰਾਖਾ ਰੱਬ ਹੈ ਜਾਂ ਸ਼ਿਵ ਜੀ। ਜੇ ਉੱਥੇ ਮੈਂ ਮੁਕਤ ਨਹੀਂ ਹੁੰਦਾ ਤੇ ਮੈਂ ਰੱਬ ਕੋਲੋਂ ਪੁੱਛਾਂਗਾ ਤੇਰੀ ਭਗਤੀ ਦਾ ਕੀ ਫਾਇਦਾ, ਤੇ ਜੇ ਇੱਥੇ ਬੈਠ ਕੇ ਤਪ ਕਰਦਾ ਰਿਹਾ ਭਗਤੀ ਕਰਦਾ ਰਿਹਾ ਤੇ ਮੈਂ ਉਹਦੇ ਕੋਲੋਂ ਪੁੱਛਣ ਯੋਗ ਵੀ ਨਹੀਂ, ਕਿਉਂਕਿ ਮੈਨੂੰ ਹੀ ਸ਼ੱਕ ਪੈਦਾ ਹੋ ਜਾਣਾ ਕਿ ਮੇਰੀ ਭਗਤੀ ਦਾ ਫਲ ਮਿਲਿਆ ਕਿ ਸ਼ਿਵਾਂ ਦੀ ਰਹਿਮਤ ਦਾ ਫਲ ਮਿਲਿਆ। ਹੁਣ ਸੋਚਿਓ ਬਾਬਾ ਕਬੀਰ ਜੀ ਦਾ ਫੈਸਲਾ, ਕਹਿੰਦੇ ਨੇ ਮੈਨੂੰ ਤਾਂ ਲੋਕ ਬਾਬਰਾ ਆਖਦੇ ਨੇ, ਲੋਕ ਕਹੇ ਕਬੀਰ ਬੋਲੋ ਨਾ, ਸਾਰੀ ਜ਼ਿੰਦਗੀ ਸ਼ੇਖਪੁਰੀ ਵਿੱਚ ਗੈਬ ਗਵਾ ਲਈ ਹੁਣ ਮਗਰ ਚਲਾ ਗਿਆ, ਸਾਰੀ ਜ਼ਿੰਦਗੀ ਇੱਥੇ ਤਪ ਕਰਦਾ ਰਿਹਾ ਮਰਨ ਵੇਲੇ ਮਗਰ ਚਲਾ ਗਿਆ, ਲੋਕ ਮੈਨੂੰ ਬਾਹਰ ਆਉਣਾ ਤਾਂ ਆਖਣ ਤੇ ਹੋ ਗਿਆ। ਪਰ ਬੜੀ ਖੂਬਸੂਰਤ ਗੱਲ ਬਾਬਾ ਕਬੀਰ ਜੀ ਨੇ ਆਖਿਆ, ਲੋਕ ਰੱਬ ਨੂੰ ਹੀ ਨਹੀਂ ਪਛਾਣ ਸਕੇ, ਜਿਹੜਾ ਮੈਂ ਪਛਾਣੇ। ਬੜੀ ਖੂਬਸੂਰਤ ਗੱਲ ਹੈ, ਆਰੰਭ ਕਰਦੇ ਤੇ ਕਹਿੰਦੇ ਨੇ ਲੋਕਾਂ ਦੀ ਨਿਗਾਹ ਵਿੱਚ ਰੱਬ ਕੀ ਹੈ, ਸੰਤ ਦੀ ਸ਼ਕਲ ਦਾ ਖਿਲੌਣਾ ਬਣਾਉਣਾ ਚਾਹ ਨਹੀਂ ਬਣਾ ਸਕਦਾ। ਇਹ ਤਸਵੀਰਾਂ ਬਣਾਈਆਂ ਜਾ ਸਕਦੀਆਂ, ਖਿਲੌਣੇ ਬਣਾਉਣ ਵਾਲਾ ਜੇ ਕਿਸੇ ਸਾਧ ਸੰਤ ਦੀ ਕਿਸੇ ਸਿੱਖ ਦੀ ਤਾਂ ਬਹੁਤ ਸਾਰੇ ਬਣੇ ਹੋਏ ਨੇ, ਅੱਜ ਵੀ ਖਿਲੌਣੇ ਬਣੇ ਹੋਏ ਲੋਕਾਂ ਨੇ ਘਰਾਂ 'ਚ ਰੱਖੇ ਨਿਗਾ ਸਿੰਘਾਂ ਦੀ ਸ਼ਕਲ ਬਣਾ ਕੇ, ਸਿੰਘਾਂ ਦੀ ਸ਼ਕਲ ਬਣਾ ਕੇ। ਇਹਦਾ ਮਤਲਬ ਸਿੱਖ ਵੀ ਇੱਕ ਖਿਲੌਣਾ ਬਣ ਸਕਦਾ ਜੇ ਮਤਲਬ ਕੋਈ ਮਿੱਟੀ ਦਾ ਖਿਲੌਣਾ ਬਣਾਵੇ ਤੇ ਉਹਨੂੰ ਲੰਬਾ ਚੋਲਾ ਪਵਾ ਦੇਵੇ, ਉਹਦੇ ਮੱਥੇ 'ਤੇ ਤਿਲਕ ਲਾ ਦੇਵੇ,
ਹੱਥ ਵਿੱਚ ਮਾਲਾ ਫੜਾ ਦੇਵੇ, ਇਹੋ ਜਿਹਾ ਬਾਣਾ ਇਹੋ ਜਿਹੀ ਸ਼ਕਲ ਬਣਾ ਦੇਵੇ ਤਾਂ ਉਹ ਸੰਤ ਹੋ ਜਾਏਗਾ ਕਿ ਸੰਤ ਦਾ ਖਿਲੋਣਾ ਹੋਏਗਾ। ਇਹਦਾ ਮਤਲਬ ਬਾਬਾ ਕਬੀਰ ਬੜੀ ਵੱਡੀ ਚੋਟ ਕਰ ਰਹੇ ਨੇ ਕਿ ਕੇਵਲ ਸ਼ਕਲ ਸਭ ਕੁਝ ਨਹੀਂ, ਸ਼ਕਲ ਬਣਾਉਣੀ ਤਾਂ ਖਿਲੌਣੇ ਦੀ ਹੈ ਤੇ ਖਿਲੌਣੇ ਵਿੱਚ ਤੇ ਜਿਹਦਾ ਖਿਲੌਣਾ ਬਣਿਆ ਹੋਵੇ ਉਹਦੇ ਵਿੱਚ ਕੀ ਫਰਕ ਹੁੰਦਾ। ਮੈਂ ਇੱਕ ਵਾਰ ਕੀਤੀ ਸੀ ਇਹ ਸੇਤਾ ਭਗਤ ਬੋਲਦੇ ਕਦੀ ਬੱਚੇ ਖਿਲੌਣਿਆਂ ਨਾਲ ਘੱਟ ਖੇਡਦੇ ਸਨ, ਹੁੰਦੇ ਨਹੀਂ ਸਨ, ਕਿੰਨੇ ਹੁੰਦੇ ਸਨ ਬੱਚੇ ਬੱਚਿਆਂ ਨਾਲ ਖੇਡਦੇ ਸਨ, ਉਦੋਂ ਖਿਲੌਣੇ ਨਾਲ ਨਹੀਂ ਖੇਡਦੇ, ਖਿਲੌਣੇ ਹੁੰਦੇ ਨਹੀਂ ਸਨ। ਹੁਣ ਤਾਂ ਟਾਇਰ ਰੂਮ ਵੱਖਰੇ ਬਣ ਗਏ ਹਰ ਪਰਿਵਾਰ ਵਿੱਚ, ਉਦੋਂ ਵੀ ਸਨ ਬੱਚੇ ਬੱਚਿਆਂ ਨਾਲ ਖੇਡਦੇ। ਤੇ ਬੱਚੇ ਬੱਚਿਆਂ ਨਾਲ ਜਦੋਂ ਖੇਡਦੇ ਸਨ ਕਿਉਂਕਿ ਆਪ ਵੀ ਜਿਉਂਦੇ ਸਨ, ਅੰਦਰ ਜਾਨ ਸੀ, ਉਹਨਾਂ ਦੇ ਅੰਦਰ ਵੀ ਜਾਨ ਹੁੰਦੀ ਸੀ, ਉਹਦਾ ਨਤੀਜਾ ਉਹਦੀਆਂ ਭਾਵਨਾਵਾਂ ਨੂੰ ਕਦਰ ਕਰਦੇ ਸਨ। ਜੇਕਰ ਫਲਾਣਾ ਦੋਸਤ ਨਾਰਾਜ਼ ਹੋ ਗਿਆ ਤੇ ਕੱਲ ਨੂੰ ਮੈਂ ਕਹਿੰਦੇ ਨਾਲ ਖੇਡਾਂਗਾ, ਇਸ ਲਈ ਉਹਨੂੰ ਨਾਰਾਜ਼ ਨਹੀਂ ਸਨ ਕਰਦੇ, ਉਹਦੀ ਗੱਲ ਵੀ ਮੰਨਦੇ ਸਨ, ਆਪਣੀ ਗੱਲ ਵੀ ਮੰਨ, ਉਹਨੂੰ ਉਹ ਵੀ ਮਹਿਸੂਸ ਕਰਦਾ ਸੀ ਕਿ ਮੈਂ ਇਹਦੀ ਗੱਲ ਮੰਨਣਾ, ਇਹ ਵੀ ਮਹਿਸੂਸ ਕਰਦਾ ਸੀ ਨਾਰਾਜ਼ ਨਾ ਹੋਵੇ, ਕਿਉਂਕਿ ਦੋਸਤੀ ਦਾ ਦਾਇਰਾ ਇੱਕ ਇਹ ਹੈ ਉਹਦੇ ਬਿਨਾਂ ਬਚਪਨ ਰੁੱਖਾ ਹੋ ਜਾਂਦਾ ਸੀ, ਜਿੰਦਾ ਕੋਈ ਦੋਸਤ ਹੀ ਨਹੀਂ, ਜਿੰਦੀ ਕੋਈ ਸਹੇਲੀ ਨਹੀਂ ਤਾਂ ਰੂਮ ਉਦੋਂ ਹੈ ਨਹੀਂ ਸੀ ਤੇ ਫਿਰ ਕਿੱਥੇ ਜਾਣ। ਸਾਡੇ ਜੀਵਨ ਅੰਦਰ ਸਾਹਮਣੇ ਦੇਖਿਆ ਸ਼ਾਮਾਂ ਨੂੰ ਜਦੋਂ ਸਕੂਲੋਂ ਬੱਚੇ ਆਉਂਦੇ ਸਨ ਤੇ ਘਰ ਵਾਲੇ ਨਾ ਵੀ ਚਾਹੁਣ ਨਾ ਪਰਿਵਾਰ ਦੇ ਜੀ ਵੀ ਬੱਚਾ ਹੁਣ ਖੇਡਣ ਜਾਵੇ, ਫਿਰ ਵੀ ਬੱਚੇ ਦੂਜੇ ਦਰਵਾਜ਼ਿਓਂ ਆ ਕੇ ਇਸ਼ਾਰੇ ਕਰਦੇ ਸਨ, ਆ ਜਾ ਮਸੀ ਆ ਗਏ, ਖੇਡਣ ਦਾ ਸਾਧਨ ਹੀ ਸੀ ਤੇ ਜਿਉਂਦਾ ਬੱਚਾ ਦੂਜੇ ਜਿਉਂਦੇ ਬੱਚੇ ਨਾਲ ਸਾਂਝ ਪੈਦਾ ਕਰਦਾ ਸੀ, ਉਹਦੀ ਭਾਵਨਾਵਾਂ ਨੂੰ ਆਪ ਵੀ ਸਮਝਦਾ ਸੀ, ਆਪਣੀਆਂ ਵੀ ਸਮਝਾਉਂਦਾ ਸੀ, ਨਾਰਾਜ਼ ਨਾ ਹੋ ਕੇ। ਤੇ ਮੈਂ ਅਰਜ਼ ਕੀਤੀ ਸੀ ਹੁਣ ਆ ਗਿਆ ਖਿਡੌਣਿਆਂ ਦਾ ਯੁੱਗ, ਸ਼ਕਲ ਹੁੰਦੀ ਬਿਲਕੁਲ ਉਸੇ ਤਰ੍ਹਾਂ ਬਣਾ ਦਿੱਤੀ ਗਈ ਤੇ ਹੁਣ ਬੱਚਾ ਖਿਲੌਣਿਆਂ ਨਾਲ ਖੇਡਦਾ ਤੇ ਖਿਲੌਣੇ ਵਿੱਚ ਕੀ ਹੁੰਦਾ ਵੀ ਸ਼ਕਲ ਤਾਂ ਹੁੰਦੀ ਹੈ, ਜਾਨ ਨਹੀਂ ਹੁੰਦੀ। ਮੈਂ ਕੀਤੀ ਸੀ ਖਿਲੌਣੇ ਦੇ ਅੰਦਰ ਭਾਵਨਾਵਾਂ ਵੀ ਨਹੀਂ ਹੁੰਦੀਆਂ, ਉਹਦੇ ਨਾਲ ਜਿੰਨੀ ਦੇਰ ਮਰਜ਼ੀ ਖੇਡੋ ਅਤੇ ਜਦੋਂ ਮਰਜ਼ੀ ਸੁੱਟ ਦੇ, ਉਹਨੇ ਨਾਰਾਜ਼ ਨਹੀਂ ਹੋਣਾ ਕੱਲ੍ਹ ਨੂੰ ਫਿਰ ਚੁੱਕ ਲੈ, ਅੰਦਰ ਭਾਵਨਾਵਾਂ ਹੁਣ ਤਾਂ ਨਾਰਾਜ਼ ਹੋ ਗਏ, ਉਹਦੇ ਅੰਦਰ ਭਾਵਨਾਵਾਂ ਹੁੰਦੀਆਂ ਨਹੀਂ, ਨਤੀਜਾ ਇਹ ਨਿਕਲਦਾ ਕਿ ਮਨੁੱਖ ਦੇ ਹਿਰਦੇ ਵਿੱਚ ਭਾਵਨਾਵਾਂ ਦੀ ਕਦਰ ਹੀ ਨਹੀਂ ਰਹੀ। ਬੱਚੇ ਦਾ ਜੀਵਨ ਇੰਨਾ ਰੁੱਖਾ ਹੋ ਗਿਆ ਕਿ ਹੁਣ ਉਹ ਨਾ ਮਾਂ ਬਾਪ ਦੀ ਕਦਰ ਕਰਦਾ, ਨਾ ਦੋਸਤਾਂ ਮਿੱਤਰਾਂ ਦੀ ਕਦਰ ਕਰਦਾ, ਹੁਣ ਪਰਿਵਾਰਕ ਸਨੇਹ ਕਿਉਂ ਟੁੱਟ ਰਿਹਾ ਹੈ, ਕਿਉਂਕਿ ਭਾਵਨਾਵਾਂ ਦੀ ਕੀਮਤ ਕੋਈ ਨਹੀਂ ਰਹੀ ਖੇਡ 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 ਕੇ ਖਿਲੌਣਿਆਂ ਨਾਲ, ਖਿਲੌਣੇ ਨਾਲ ਜਦੋਂ ਮਰਜ਼ੀ ਖੇਡੋ ਜਦੋਂ ਮਰਜ਼ੀ ਸੁੱਟਦੇ, ਨਾ ਉਹ ਬੋਲਦਾ ਨਾ ਨਾਰਾਜ਼ ਹੁੰਦਾ
ਨਾ ਜਦੋਂ ਕੱਲ ਨੂੰ ਫਿਰ ਚੁੱਕੋਗੇ ਉਹਨੇ ਕਹਿਣਾ ਕਿ ਕੱਲ ਮੈਨੂੰ ਸੁੱਟਿਆ ਕਿਵੇਂ ਸੀ, ਕੁਛ ਨਹੀਂ ਕਹਿਣਾ। ਖਿਲੌਣਿਆਂ ਨਾਲ ਖੇਡਦਾ ਇੱਕ ਬੱਚਾ ਤੇ ਸਿਰਫ ਆਪਣੀ ਭਾਵਨਾ ਹੀ ਜਾਣਦਾ, ਉਹਨਾਂ ਦੀ ਕੋਈ ਨਹੀਂ। ਹੁਣ ਖਿਲੌਣਿਆਂ ਨਾਲ ਖੇਡ ਖੇਡ ਕੇ ਮਨੁੱਖ ਦੀ ਆਦਤ ਹੀ ਬਣ ਗਈ। ਹੁਣ ਮਨੁੱਖ ਚਾਹੁੰਦਾ ਹੈ ਵੀ ਜਿਉਂਦੇ ਨਾਲ ਨਾ ਮੇਰਾ ਵਾਹ ਪਵੇ, ਮੈਨੂੰ ਖਿਡੌਣਿਆਂ ਨਾਲ ਹੀ ਵਾਹ ਪਵੇ। ਹੁਣ ਉਹ ਕਹਿੰਦਾ ਜੇ ਗੁਰੂ ਕੋਲ ਵੀ ਜਾਵਾਂ ਤਾਂ ਗੁਰੂ ਮੇਰਾ ਖਿਡੌਣਾ ਹੋਵੇ। ਉਹਦੇ ਅੱਗੇ ਅਰਦਾਸ ਕਰਾਂ ਉਹ ਮੇਰੀ ਗੱਲ ਸੁਣੇ, ਉਹਦੀ ਗੱਲ ਸੁਣਾ ਨਾ ਸੁਣਾ, ਉਹ ਤਾਂ ਖਿਡੌਣਾ, ਉਹ ਗੁਰੂ ਨੂੰ ਵੀ ਖਿਡੌਣਾ ਸਮਝ ਲੈਂਦੇ, ਉਹ ਰੱਬ ਨੂੰ ਵੀ ਖਿਡੌਣਾ ਸਮਝ ਲੈਂਦਾ ਤੇ ਚਾਹੁੰਦਾ ਵੀ ਮੇਰੇ ਕੋਲ ਰੱਬ ਵੀ ਖਿਡੌਣਾ ਬਣ ਕੇ ਰਹੇ, ਗੁਰੂ ਵੀ ਖਿਡੌਣਾ ਬਣ ਕੇ ਰਹੇ। ਉਹ ਖੁਸ਼ੀ ਉਹਦੇ ਨਾਲ ਰਹਿੰਦਾ ਜਿਹੜਾ ਉਹਦੇ ਸਾਹਮਣੇ ਖਿਡੌਣਾ। ਬਾਬਾ ਕਬੀਰ ਕਹਿੰਦੇ ਨੇ ਲਓ ਆਹ ਪਰੇਸ਼ਾਨੀ, ਮੈਂ ਸਭ ਮੈਂ ਜੋਤ, ਜੋਤ ਹੈ ਸੋਏ, ਉਸ ਜੋਤ ਰੂਪ ਜੀਵਨ, ਜੋਤ ਰੂਪ ਪਰਮਾਤਮਾ ਨਾਲ ਜੀਵਨ ਦੀ ਖੇਡ ਖੇਡਿਆ। ਮੇਰਾ ਗੁਰੂ ਵੀ ਜਿਉਂਦਾ, ਮੇਰਾ ਰੱਬ ਵੀ ਜਿਉਂਦਾ। ਜੇ ਮੈਂ ਉਹਦੀ ਗੱਲ ਨਹੀਂ ਮੰਨਾਂਗਾ, ਮੇਰੀ ਗੱਲ ਉਹ ਮੰਨਣ ਦਾ ਮੁਹਤਾਜ ਨਹੀਂ, ਕਿਉਂਕਿ ਮੈਂ ਖਿਡੌਣਿਆਂ ਨਾਲ ਨਹੀਂ ਖੇਡਦਾ, ਪਰ ਲੋਕ ਖਿਡੌਣਿਆਂ ਨਾਲ ਖੇਡਦੇ। ਨਤੀਜਾ ਇਹ ਕੀ ਨਿਕਲਿਆ, ਮਨੁੱਖ ਦੀਆਂ ਭਾਵਨਾਵਾਂ, ਸੋਚ ਸ਼ਕਤੀ ਖਤਮ ਹੋ ਗਈ। ਕਾਰਨ ਕੀ? ਕਿਉਂਕਿ ਮਨੁੱਖ ਸੰਸਕਾਰਾਂ ਤੇ ਪਰੰਪਰਾਵਾਂ ਦੇ ਜਾਲ ਵਿੱਚ ਫਸ ਗਿਆ। ਇਹ ਦੋ ਕਿਰਿਆ ਐਸੀਆਂ ਨੇ ਜ਼ਿੰਦਗੀ ਦੀਆਂ ਜਿਹੜੀਆਂ ਮਨੁੱਖ ਨੂੰ ਮੌਤ ਦੇ ਕੰਢੇ ਲੈ ਜਾਂਦੀਆਂ ਨੇ। ਸੰਸਕਾਰ ਪੈਦਾ ਕੀਤੇ ਜਾਂਦੇ ਨੇ ਤੇ ਸਮੇਂ ਬਾਅਦ ਉਹ ਸੰਸਕਾਰ ਪਰੰਪਰਾ ਬਣ ਜਾਂਦੇ ਨੇ, ਤੇ ਜਦੋਂ ਪਰੰਪਰਾ ਬਣ ਜਾਂਦੇ ਨੇ ਫਿਰ ਉਹਦੇ ਪ੍ਰਤੀ ਸੋਚਣ ਦੀ ਕੋਈ ਗੁੰਜਾਇਸ਼ ਹੀ ਨਹੀਂ ਰਹਿੰਦੀ। ਸਾਡੀ ਪਰੰਪਰਾ, ਮਨੁੱਖ ਇੰਨਾ ਬੇਪਰਵਾਹ ਹੋ ਕੇ, ਬੇਫਿਕਰ ਹੋ ਕੇ, ਉਹ ਆਪਣੀ ਜ਼ਿੰਮੇਵਾਰੀ ਕੁਛ ਸਮਝਦਾ ਹੀ ਨਹੀਂ। ਔਰ ਅੱਜ ਦਾ ਯੁੱਗ ਜੇ ਮਨੁੱਖ ਆਪਣੇ ਸਿਰੋਂ ਜ਼ਿੰਮੇਵਾਰੀਆਂ ਟਾਲ, ਹਰ ਗੱਲ ਦੀ ਇੰਸ਼ੋਰੈਂਸ ਕਰਵਾਉਣ ਲੱਗ ਪਈ ਹੈ, ਮੇਰੇ ਸਿਰ ਜ਼ਿੰਮੇਵਾਰੀ। ਇਸ ਯੁੱਗ ਅੰਦਰ ਅੱਗੇ ਇੰਸ਼ੋਰੈਂਸ ਇੰਨੀ ਨਹੀਂ ਸੀ ਹੁੰਦੀ, ਵੀਰ ਵੀ ਬੈਠੇ ਨੇ, ਅੱਜ ਹਰ ਕੰਮ ਦੀ ਹਰ ਚੀਜ਼ ਦੀ ਇੰਸ਼ੋਰੈਂਸ ਕਿਉਂ ਹੈ? ਕਿਉਂਕਿ ਮਨੁੱਖ ਆਪਣੀ ਜ਼ਿੰਮੇਵਾਰੀ ਕਿਸੇ ਦਾ ਸਿਰ ਸੁੱਟਣਾ ਚਾਹੁੰਦਾ। ਤੇ ਪਰੰਪਰਾ ਕੀ ਹੈ? ਉੱਥੇ ਵੀ ਆਪਣੀ ਜ਼ਿੰਮੇਵਾਰੀ ਖਤਮ ਹੋ ਗਈ। ਮੇਰਾ ਪਿਓ ਆਹ ਕਰਦਾ ਸੀ, ਮੇਰਾ ਦਾਦਾ ਆਹ ਕਰਦਾ ਸੀ, ਇਹ ਮੇਰੀ ਸਾਡੀ ਪਰੰਪਰਾ। ਫਿਰ ਮੈਂ ਇੱਕ ਵਾਰ ਕੀਤੀ ਸੀ ਨਾ ਵੀ ਗੁਰੂ ਨਾਨਕ ਦੇ ਦਾਦੇ ਪੜਦਾਦੇ ਪਾਉਂਦੇ ਸੰਜਨੇਊ, ਉਹਨੇ ਤਾਂ ਨਹੀਂ ਆਖਿਆ ਮੇਰੀ ਪਰੰਪਰਾ। ਖਿਡੌਣਾ ਨਹੀਂ ਬਣਨਾ ਚਾਹ, ਉਹ ਕਹਿੰਦਾ ਮੈਨੂੰ ਬ੍ਰਾਹਮਣ ਜਾਂ ਜਨੇਊ ਪਾਣਾ, ਸਮਝਾ। ਮੈਂ ਸਮਝਣਾ ਚਾਹੁੰਦਾ, ਮੈਂ ਵਿਚਾਰ ਦਾ ਖੇਤਰ ਨਹੀਂ ਛੱਡਣਾ ਚਾਹੁੰਦਾ। ਪਰੰਪਰਾ ਵਿਚਾਰ ਦੇ ਤਾਲੇ ਬੰਦ ਕਰ ਦਿੰਦੀ, ਦਰਵਾਜ਼ੇ ਬੰਦ ਕਰ ਦਿੰਦੀ। ਸੰਸਕਾਰ ਤੇ ਪਰੰਪਰਾ ਦੋ ਚੀਜ਼ਾਂ ਮਨੁੱਖ ਲਈ ਸਭ ਤੋਂ ਘਾਤਕ ਨੇ, ਕਿਉਂਕਿ ਉੱਥੇ ਵਿਚਾਰ ਦੀ ਦੁਨੀਆ ਖਤਮ ਹੋ ਜਾਂਦੀ। ਜਦੋਂ ਵਿਚਾਰ ਕਰੋਗੇ ਤੁਹਾਨੂੰ ਸੰਸਕਾਰ ਦਿਸ ਪੈਣਗੇ, ਪਰੰਪਰਾ ਤੋੜਨੀਆਂ ਪੈਣਗੀਆਂ, ਜਿੱਥੇ ਫਿੱਟ ਨਹੀਂ ਹੋਏਗੀ ਪਰੰਪਰਾ। ਹੁਣ ਬਾਬਾ ਕਬੀਰ ਵੀ ਤਾਂ ਇਹੋ ਗੱਲ ਰੋ ਰਿਹਾ ਤੇ ਕਹਿੰਦਾ ਲੋਕ ਮੈਨੂੰ ਬੌਰਾ ਕਿਉਂ ਆਖਦੇ ਨੇ,
ਕਿਉਂਕਿ ਲੋਕ ਪੱਤੀਆਂ ਤੋੜਦੇ ਨੇ, ਫੁੱਲ ਤੋੜਦੇ ਨੇ, ਤੇ ਤੋੜ ਕੇ ਜਾ ਕੇ ਪੱਥਰ ਦੀਆਂ ਮੂਰਤੀਆਂ ਭਗਵਾਨ ਬਣਾਏ ਹੋਏ ਆਪਣੇ ਜਿਹੜੇ ਉਹਦੇ ਖਿਡੌਣੇ ਨੇ, ਤੇ ਦੇਵੀਆਂ ਜਿਹੜੀਆਂ ਹੁੰਦੀਆਂ ਆਪਣੀਆਂ ਹੀ ਖਿਡੌਣੇ ਨੇ, ਦਾਲ ਨੇ, ਉਹਨਾਂ ਦੇ ਸਾਹਮਣੇ ਜਾ ਕੇ ਭੇਟਾ ਕਰਦੇ ਨੇ। ਕਬੀਰ ਕਹਿੰਦਾ ਮੈਂ ਨਹੀਂ ਕਰਦਾ, ਨਾ ਮੈਂ ਕਿਸੇ ਦੇਵਤੇ ਨੂੰ ਮੰਨਦਾ, ਨਾ ਉਹਦੀ ਪੂਜਾ ਕਰਦਾ, ਨਾ ਮੈਂ ਕਿਸੇ ਦੇਵੀ ਨੂੰ ਮੰਨਣਾ, ਨਾ ਮੈਂ ਉਹਦੀ ਪੂਜਾ ਕਰਨਾ। ਲੋਕ ਮੈਨੂੰ ਬਾਬਰ ਆਖਦੇ, ਅੱਜ ਵੀ ਸਾਡੇ ਨਾਲ ਹੋ ਰਹੇ ਨੇ ਦੇਵੀ ਦੇਵਤਿਆਂ ਨੂੰ। ਜਦੋਂ ਦੇ ਅਸੀਂ ਤਿਆਗ ਨਾ ਸ਼ੁਰੂ ਕੀਤਾ ਨਾ, ਅਸੀਂ ਇੱਕ ਮਾਲਕ ਦੇ, ਇੱਕੋ ਗੁਰੂ ਦੇ ਪੁਜਾਰੀ ਹਾਂ, ਇੱਕੋ ਰੱਬ ਦੇ ਪੁਜਾਰੀ ਹਾਂ, ਕਿਸੇ ਦੇਵੀ ਦੇਵਤੇ ਦੇ ਪੁਜਾਰੀ ਨਹੀਂ। ਲੋਕ ਪਰੇਸ਼ਾਨ ਕਰਦੇ ਨੇ, ਉਹ ਚਾਹੁੰਦੇ ਨੇ ਸਾਡੀ ਮਰਜ਼ੀ ਦਾ ਖੇਡ ਗੋਲਾ ਮੌਕੇ ਖੇਡੇ। ਹੁਣ ਬਾਬਾ ਕਬੀਰ ਕਿਹੜੇ ਸਪਸ਼ਟ ਲਫ਼ਜ਼ਾਂ ਵਿੱਚ ਕਹਿੰਦੇ ਨੇ, ਕਹਿੰਦੇ ਨੇ ਸ਼ਬਦ ਮੇਰੇ ਨਹੀਂ, ਬਾਬਾ ਕਬੀਰ ਦੇ ਨੇ, ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਕਸਵੱਟੀ ਤੇ ਪੂਰੇ ਉਤਰ ਕੇ ਵਿੱਚ ਅਸਥਾਨ ਪ੍ਰਾਪਤ ਕਰ ਚੁੱਕੇ ਨੇ। ਇਹ ਹੁਣ ਮੇਰਾ ਤੁਹਾਡਾ ਫੈਸਲਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ। ਮੇਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਇਹ ਗੱਲ ਕਹਿੰਦਾ ਹੋਵੇ, ਤੋਰੋ ਨਾ ਪਾਤੀ ਪੂਜੋ ਨਾ ਦੇਵਾ, ਰਾਮ ਭਗਤ ਬਿੰਨੇ ਫਲਸੇਵਾ। ਤੇ ਫਿਰ ਕਬੀਰ ਕਿਹਨੂੰ ਮਨਾਉਣਾ ਹੈ, ਕਿਹਨੂੰ ਪੂਜਣਾ ਹੈ? ਕਹਿਣ ਲੱਗਿਆ ਸਤਿਗੁਰੂ ਪੂਜੋ। ਅਗਲੀ ਤੋਂ ਮੈਂ ਕਿਸੇ ਦੇਵੀ ਦੇਵਤੇ ਦੀ ਪੂਜਾ ਨਹੀਂ ਕਰਦਾ, ਮੈਂ ਕਿਸੇ ਦੇਵੀ ਦੇਵਤਿਆਂ ਅੱਗੇ ਅਰਦਾਸਾਂ ਨਹੀਂ ਕਰਦਾ, ਮੈਂ ਇੱਕੋ ਗੁਰੂ ਅੱਗੇ, ਰੱਬ ਅੱਗੇ ਜੀਵਨ ਸਮਰਪਿਤ ਕੀਤਾ ਹੈ। ਫੈਸਲਾ ਮੇਰਾ ਨਹੀਂ, ਬਾਬਾ ਕਬੀਰ ਜੀ ਦਾ ਹੈ। ਸ਼ਬਦ ਵੀ ਲੜੀਵਾਰ ਆਇਆ ਹੋਇਆ, ਮੈਂ ਕੋਈ ਚੋਣ ਕਰਕੇ ਤੁਹਾਡੇ ਨਾਲ ਨਹੀਂ ਰੱਖਿਆ। ਕਹਿੰਦੇ ਨੇ ਸਤਿਗੁਰੂ
ਉਹ ਦੇਵੀ ਦੇਵਤਿਆਂ ਦੀ ਪੂਜਨ ਨਹੀਂ ਕਰਦਾ, ਉਹ ਭਗਵਤੀ ਤੇ ਕਾਲਕਾ ਨੂੰ ਨਹੀਂ ਸਿਮਰਦਾ, ਨਹੀਂ ਆਰਾਧਨਾ। ਪਤਾ ਨਹੀਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਛੱਡ ਕੇ ਉਹਨਾਂ ਗ੍ਰੰਥਾਂ ਦੀ ਗੱਲ ਕਿਉਂ ਮੰਨਣੇ? ਗੁਰੂ ਸਾਡਾ ਕਹਿੰਦੇ ਅਸੀਂ ਗੁਰੂ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤਾਂ ਫਿਰ ਅਗਵਾਈ ਵੀ ਇਸੇ ਦੀ ਚੱਲੇ। ਬਾਬਾ ਕਬੀਰ ਕਹਿੰਦੇ ਨੇ ਮੇਰਾ ਦੋਸ਼ ਹੀ ਇਹ ਹੋ ਰਿਹਾ ਕਿ ਮੈਂ ਕਿਸੇ ਦੀ ਨਹੀਂ ਸੁਣਦਾ, ਮੈਂ ਕੇਵਲ ਆਪਣੇ ਰੱਬ ਨੂੰ ਜਿਉਂਦਾ ਸਮਝਿਆ ਅਤੇ ਉਸੇ ਦੀ ਆਪਣੇ ਸਤਿਗੁਰ ਦੀ ਪੂਜਾ ਹੀ ਸਭ ਤੋਂ ਸ੍ਰੇਸ਼ਟ ਪੂਜਾ ਸਮਝੀ ਹੈ। ਸਤਿਗੁਰ ਪੂਜੋ ਸਦਾ ਸਦਾ ਮਨਾਵੋ ਐਸੀ ਸੇਵ ਦਰਗੇ ਸੁਖ ਪਾਵੋ। ਲੋਕ ਕਹੇ ਕਬੀਰ ਬੁਰਾਨਾ, ਲੋਕ ਕਹਿੰਦੇ ਫਿਰਨ, ਪਰ ਕਬੀਰ ਦੀ ਗੱਲ ਮੇਰਾ ਰੱਬ ਪਛਾਣਦਾ। ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਣਾ ਪਏਗਾ। ਇਹ ਗੱਲ ਤਾਂ ਮਨ ਦੀ ਤਸੱਲੀ ਨਾਲ ਤੁਰਿਆ ਹੋਇਆ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਟਾਰ। ਲੋਗਨ ਕੀ ਚਤਰਾਈ ਉਪਮਾ ਤੇ ਬਸੰਤਰ ਜਾਲ, ਲੋਕਾਂ ਦੀ ਉਪਮਾ ਨਿਰੀ ਵੀ ਮੇਰੇ ਲੋਕ ਉਪਮਾ ਹੀ ਕਰੀ ਜਾਣ, ਮੈਂ ਤਾਂ ਇਹ ਗੱਲ ਹੀ ਜਲਾ ਦਿੱਤੀ ਹੈ, ਬਸੰਤਰ ਵਿੱਚ ਅੱਗ ਵਿੱਚ ਜਲਾ ਦਿੱਤੀ। ਕੋਈ ਭਲਾ ਕਹੇ ਭਾਵੇਂ ਬੁਰਾ ਕਹੇ, ਹਮ ਤਨ ਦਿਓ ਹੈ ਟਾਰ। ਇਸ ਲਈ ਇੱਕੋ ਹੀ ਬੇਨਤੀ ਕਰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨੋ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਜਾਓ,
ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਕਿ ਮੈਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨੂੰ ਵਰਤ ਕੇ ਕਿਸੇ ਨੂੰ ਗੁੰਮਰਾਹ ਕਰਨਾ ਚਾਹੁੰਦਾ, ਬੜੀ ਖੁਸ਼ੀ ਨਾਲ ਬੈਠ ਕੇ ਵਿਚਾਰ ਕਰ ਸਕਦਾ। ਪਰ ਇਹ ਅਸਥਾਨ ਜਿਹੜਾ, ਇਹ ਸਤਸੰਗ ਜਿਹੜਾ, ਇਹ ਗੁਰੂ ਗ੍ਰੰਥ ਸਾਹਿਬ ਅਕੈਡਮੀ ਹੈ। ਗੁਰੂ ਗ੍ਰੰਥ ਸਾਹਿਬ ਅਕੈਡਮੀ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਹੀ, ਸਮਝ ਹੀ ਇੱਥੇ ਹੋਣੀ ਚਾਹੀਦੀ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਕੇ ਕਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਰਾਮ ਕਲੀ ਮਹਿਲਾ ਤੀਜਾ, ਅਨੰਦਿਤ ਓਂਕਾਰ ਸਤਿਗੁਰ ਪ੍ਰਸਾਦ।